ਏਰੀਏ ਦੇ ਵਿੱਚ ਇਹ ਜਿਹੜਾ ਆਪਣਾ ਕਲਾਸੀਕਲ ਕਨਸੈਪਟ ਬਣੀ 30-60 ਦਾ ਪਲਾਟ ਹੈ ਟੋਟਲ 200 ਗਜ ਹੈ ਗੇਟ ਵੀ ਕਲਾਸਿਕ ਲੁੱਕ ਹੈ ਜਿਹੜੀ ਉੱਪਰ ਆ ਗ੍ਰਿਲ ਲੱਗੀ ਹੈ ਵੀ ਕਲਾਸਿਕ ਲੁੱਕ ਹੈ ਠੀਕ ਹੈ ਜੀ ਭਾਜੀ ਬਹੁਤ ਜਗ੍ਹਾ ਤੋਂ ਜਾ ਜਾ ਕੇ ਚੀਜ਼ਾਂ ਲੱਭ ਕੇ ਠੀਕ ਹੈ ਇੱਕ ਜਗ੍ਹਾ ਤੋਂ ਨਹੀਂ ਕਈ ਸ਼ੋਰੂਮਾਂ ਦੇ ਵਿੱਚੋਂ ਚੀਜ਼ਾਂ ਲੱਭ ਲੱਭ ਕੇ ਲਗਾਈਆਂ ਬਈ ਇਹ ਬੜੀ ਟਾਇਲ ਸਿਲੈਕਟ ਕੀਤੀ ਹੈ ਟਾਈਲਾਂ ਲੱਭ ਲੱਭ ਕੇ ਲਾਈਆਂ ਭਾਜੀ ਸਾਰੀਆਂ ਠੀਕ ਹੈ ਜੀ ਤੁਹਾਨੂੰ ਦੱਸਿਆ ਇੱਕ ਇੱਕ ਚੀਜ਼ ਨੂੰ ਵਾਰ ਵਾਰ ਜਾ ਕੇ ਲੱਭੀਆਂ ਗਈਆਂ ਇਹ ਠੀਕ ਹੈ ਜੀ ਪੌੜੀ ਦੇਖੋ ਬਈ ਜੀ ਪੌੜੀ ਦੇ ਵਿੱਚ ਲਾਈਟ ਆ ਗਈ ਕੀ ਬਾਤ ਹੈ ਜੀ 11 ਮਹੀਨੇ ਦੇ ਵਿੱਚ ਤਿਆਰ ਹੋਇਆ ਜੀ ਤਿਆਰ ਹੋ ਗਏ ਰਿਹਾਇਸ਼ ਵੀ ਕੀਤੀ ਰਿਹਾਇਸ਼ ਹੋ ਗਈ ਸਤਿ ਗੱਲ ਦੋਸਤੋ ਅੱਜ ਬਾਈ ਸੁਖਦੀਪ ਕੋਲ ਪਹੁੰਚੇ ਆ ਅਰਬਨ ਸਟੇਟ ਪਟਿਆਲਾ ਦੇ ਵਿੱਚ ਬਾਈ ਹੋਰੀ ਬਹੁਤ ਸੋਹਣੇ ਕਨਸੈਪਟ ਤਿਆਰ ਕਰਦੇ ਨੇ ਮਤਲਬ ਜੇ ਕਹਿ ਦਈਏ ਨਾ ਵੀ ਮਾਡਰਨ ਜਾਂ ਕਲਾਸੀਕਲ ਦਾ ਕਨਸੈਪਟ ਕੋਈ ਵੀ ਤਿਆਰ ਕਰਾਉਣਾ ਬਾਈ ਕਹਿੰਦਾ ਨਾ ਬਸ ਵੀ ਧੌਣ ਮੋੜਦਾ ਜਿਹੜਾ ਵੀ ਲੰਘਦਾ ਉਹ ਦੇਖ ਕੇ ਲੰਘੂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਜੋ ਬਾਈ ਜੀ ਵੈਲਕਮ ਜੀ ਬਾਈ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਿੰਨੇ ਏਰੀਆ ਦੇ ਵਿੱਚ ਇਹ ਜਿਹੜਾ ਆਪਣਾ ਕਲਾਸੀਕਲ ਕਨਸੈਪਟ ਬਣੀ 30-60 ਦਾ ਪਲਾਟ ਹੈ ਜੀ ਅਰਬਨ ਸਟੇਟ ਫੇਸ 3 ਦੇ ਵਿੱਚ ਜੀ 200 ਗਜ ਟੋਟਲ 200 ਗਜ ਹੈ ਟੋਟਲ 200 ਗਜ ਹਾਂਜੀ ਇਹ ਬਾਈ ਕਲਾਸੀਕਲ ਦੇ ਵਿੱਚ ਹੀ ਆ ਗਿਆ ਕਲਾਸੀਕਲ ਲੁੱਕ ਹੈ ਜੀ ਜੀ ਬਾਈ ਜੇ ਇਹਦਾ ਨਕਸ਼ਾ ਦੇਖੀਏ ਇਹ ਵੀ ਤੁਹਾਡੀ ਟੀਮ ਨੇ ਤਿਆਰ ਕੀਤਾ ਕਿ ਆਪ ਹੀ ਕਰਿਆ ਤੁਸੀਂ ਇਹ ਆਪ ਟੀਮ ਨੇ ਤਿਆਰ ਕੀਤਾ ਜੀ ਨਕਸ਼ਾ ਤਾਂ ਠੀਕ ਹੈ ਜੀ ਹਾਂਜੀ ਆਪ ਕਰਵਾਇਆ ਆਪ ਆ ਸਾਰਾ ਠੀਕ ਹੈ ਜੀ ਵੀ ਜੋ ਜੋ ਤੁਹਾਨੂੰ ਰਿਕੁਆਇਰਮੈਂਟ ਸੀ ਹਾਂਜੀ ਉਹ ਚੀਜ਼ਾਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਰਵਾਈਆਂ ਤਿਆਰ ਹੈ ਠੀਕ ਹੈ ਬਾਈ ਜੀ ਬਾਈ ਜੇ ਪਹਿਲਾਂ ਗੱਲ ਕਰੀਏ ਲੋਨ ਏਰੀਆ ਦੀ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇਧਰੋਂ ਸਪੇਸ ਦਿੱਤੀ ਆ ਤੇ ਕਵਰ ਵੀ ਕੀਤਾ ਹੈ ਫੈਮਿਲੀ ਨਾਲ ਬੈਠਣ ਨੂੰ ਹਾਂਜੀ ਬਾਈ ਜੀ ਜੀ ਤੇ ਗੇਟ ਵੀ ਬਾਈ ਬਲੈਕ ਕਲਰ ਅੱਜ ਕੱਲ ਕਲਾਸਿਕ ਲੁੱਕ ਹੈ ਬਾਈ ਜੀ ਗੇਟ ਵੀ ਕਲਾਸਿਕ ਲੁੱਕ ਹੈ ਜਿਹੜੀ ਉੱਪਰ ਆ ਗ੍ਰਿਲ ਲੱਗੀ ਹੈ ਵੀ ਕਲਾਸਿਕ ਲੁੱਕ ਹੈ ਠੀਕ ਹੈ ਜੀ ਉਹ ਇੱਕ ਦੂਜੇ ਨਾਲ ਮੈਚ ਕਰਦੇ ਮੈਚ ਕਰਦੀਆਂ ਹਾਂਜੀ ਬਾਈ ਠੀਕ ਹੈ ਜੀ ਤੇ ਐਲੀਵੇਸ਼ਨ ਦੋਸਤੋ ਤੁਸੀਂ ਦੇਖ ਸਕਦੇ ਹੋ ਕਲਰ ਕੋਡ ਤੁਸੀਂ ਦੇਖ ਸਕਦੇ ਹੋ ਵੀ ਕਲਰ ਕਿਹੜਾ ਕੀਤਾ ਗਾ ਲਗਭਗ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਹੈਗਾ ਤੇ ਬਾਹਰੋਂ ਜਿੰਨੀ ਸੋਹਣੀ ਲੁੱਕ ਹੈ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਜ਼ਿਆਦਾ ਲੁੱਕ ਆਉਣੀ ਹੈ ਬਾਈ ਆਜੋ ਅੱਗੇ ਤੇ ਆਪਾਂ ਦਿਖਾ ਦਈਏ ਬਾਈ ਇਹ ਇੱਥੇ ਆਪਣਾ ਗੱਡੀ ਦੀ ਪਾਰਕਿੰਗ ਫੋਰਚ ਹੈ ਭਾਜੀ ਵੱਡੀ ਗੱਡੀ ਐਂਡੈਵਰ ਫੋਰਚੂਨਰ ਗੱਡੀ ਉਰੇ ਪਾਰਕ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਮਤਲਬ ਪੂਰੀ ਵੱਡੀ ਗੱਡੀ ਦੀ ਆਪਸ਼ਨ ਆਪਾਂ ਰੱਖੀ ਹੈ ਸਕੋਰਪੀਓ ਐਂਡੈਵਰ ਫੋਰਚੂਨਰ ਵੱਡੀ ਗੱਡੀ ਹੈ ਸਭ ਤੋਂ ਵੱਡੀ ਗੱਡੀ ਉਰੇ ਪਾਰਕ ਹੁੰਦੀ ਹੈ ਬਾਈ ਪਾਰਕ ਹੁੰਦੀ ਹੈ ਠੀਕ ਹੈ ਜੀ ਇੱਧਰ ਬਾਈ ਇਲੈਕਟ੍ਰਿਸਿਟੀ ਬੋਰਡ ਆ ਗਿਆ ਜੀ ਹਾਂਜੀ ਤੇ ਇੱਕ ਆਪਾਂ ਪੁਆਇੰਟ ਦਿੱਤਾ ਜੀ ਮੇਨ ਤੇ ਲੱਕੜ ਦਾ ਵੀ ਜੇ ਗੱਲ ਕਰੀਏ ਸਾਰਾ ਸਾਗਵਾਨ ਦੇ ਵਿੱਚ ਸਾਗਵਾਨ ਦੇ ਵਿੱਚ ਹੈ ਬਾਈ ਜੀ ਸਾਰੀ ਪਾਲਿਸ਼ ਹੋਈ ਹੋਈ ਹੈ ਠੀਕ ਹੈ ਜੀ ਹਾਂਜੀ ਆ ਦਿਖਾ ਦਿਓ ਮਿੱਤਰੋ ਸੀਐਨਸੀ ਦਾ ਵਰਕ ਹੋਇਆ ਹੋਇਆ ਸਾਰਾ ਹੀ ਮਤਲਬ ਜੇ ਕਹਿ ਦਈਏ ਤੇ ਹੈਂਡਲ ਲੌਕ ਵਗੈਰਾ ਵੀ ਪੂਰੇ ਐਂਟੀਕ ਲਾਏ ਹੋਏ ਐਂਟੀਕ ਭਾਜੀ ਆਪ ਹੀ ਲੱਭੇ ਆ ਇਹ ਠੀਕ ਹੈ ਲੱਭ ਕੇ ਸਾਰੇ ਬਾਜ਼ਾਰ ਦੇ ਵਿੱਚੋਂ ਲੱਭ ਕੇ ਕਈ ਦੁਕਾਨਾਂ ਤੇ ਜਾ ਕੇ ਆਪ ਲੱਭੇ ਆ ਜੀ ਤੇ ਲੈ ਵੀ ਮਿੱਤਰਾਂ ਨਿਗਾਹ ਮਰਵਾ ਦੇ ਇੱਕ ਵਾਰ ਬਈ ਅੰਦਰੋਂ ਨਾ ਮੈਂ ਕਹਿੰਦਾ ਵੀ ਜਿੰਨਾ ਬਾਹਰੋਂ ਸੋਹਣਾ ਬਣਾਇਆ ਘਰ ਨੂੰ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਰੀਝ ਲਾਈ ਭਾਜੀ ਬਹੁਤ ਜਗ੍ਹਾ ਤੋਂ ਜਾ ਕੇ ਚੀਜ਼ਾਂ ਲੱਭ ਕੇ ਠੀਕ ਹੈ ਇੱਕ ਜਗ੍ਹਾ ਤੋਂ ਨਹੀਂ ਕਈ ਸ਼ੋਰੂਮਾਂ ਦੇ ਵਿੱਚੋਂ ਚੀਜ਼ਾਂ ਲੱਭ ਲੱਭ ਕੇ ਲਗਾਈਆਂ ਠੀਕ ਹੈ ਜੀ ਇੱਕ ਚੀਜ਼ ਉੱਥੋਂ ਆ ਗਈ ਇੱਕ ਚੀਜ਼ ਉੱਥੋਂ ਆ ਗਈ ਜੀ ਹਾਂਜੀ ਤੇ ਬਾਈ ਟਾਈਮ 'ਚ ਕੁਛ ਨਹੀਂ ਆਇਆ ਹੋਇਆ ਜੀ ਬਾਈ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਵੀ ਘਰ ਬਣਿਆ ਬਹੁਤ ਸੋਹਣਾ ਗਰਾਊਂਡ ਫਲੋਰ ਤੇ ਕੀ ਆਪਸ਼ਨਾਂ ਇਹਦੇ ਕਿੰਨੇ ਰੂਮ ਆ ਗਏ ਗਰਾਊਂਡ ਫਲੋਰ ਤੇ ਭਾਜੀ ਮੈਂ ਇੱਕ ਬੈਡਰੂਮ ਕੱਢਿਆ ਇਹਦੇ ਵਿੱਚ ਠੀਕ ਹੈ ਜੀ 1 BHK ਨੀਚੇ ਇੱਕ ਬੈਡਰੂਮ ਕੱਢ ਕੇ ਨਾਲ ਕਿਚਨ ਦੀ ਸਪੇਸ ਖੁੱਲੀ ਹੋ ਗਈ ਦੇਖੋ ਤੁਸੀਂ ਕਿਚਨ ਕਿੰਨੀ ਖੁੱਲੀ ਬਣ ਗਈ ਠੀਕ ਹੈ ਆਪਾਂ 2 ਬੈਡਰੂਮ ਬਣਾ ਲੈਂਦੇ ਹਾਂ ਨੀਚੇ 200 ਗੱਜ ਦੇ ਵਿੱਚ ਭਾਜੀ ਨਾ ਤਾਂ ਕਿਚਨ ਖੁੱਲੀ ਬਣੇ ਫਿਰ ਪਾਰਕਿੰਗ ਵੀ ਨਹੀਂ ਬਣਦੀ ਹੈਗੀ ਠੀਕ ਹੈ ਇਸ ਗੱਲ ਕਰਕੇ ਇੱਕ ਬੈਡਰੂਮ ਨੀਚੇ ਬਣਾ ਕੇ ਕਿਚਨ ਦੀ ਸਪੇਸ ਬਹੁਤ ਜ਼ਿਆਦਾ ਖੁੱਲ ਗਈ ਇੱਧਰ ਡਰਾਇੰਗ ਰੂਮ ਆ ਗਿਆ ਜੀ ਇਹ ਡਰਾਇੰਗ ਰੂਮ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਉਧਰ ਨੂੰ ਵੀ ਚੱਲਾਂਗੇ ਪਹਿਲਾਂ ਡਰਾਇੰਗ ਰੂਮ ਦਿਖਾ ਦਈਏ ਡਰਾਇੰਗ ਰੂਮ ਦੇ ਵਿੱਚ ਬਈ ਕੀ ਖਾਸ ਕੀਤਾ ਮਤਲਬ ਛੱਤ ਵੱਲ ਦੇਖ ਕੇ ਤਾਂ ਖਾਸ ਹੀ ਖਾਸ ਡਾਊਨ ਸੀਲਿੰਗ ਭਾਜੀ ਹਾਂਜੀ ਕੀ ਬਾਤ ਹੈ ਜੀ ਇਹ ਬਈ ਡਿਜ਼ਾਈਨ ਬੜਾ ਮਤਲਬ ਸਿਲੈਕਟਡ ਪੱਖਾ ਵੀ ਨਾ ਮੈਂ ਕਹਿੰਦਾ ਵੀ ਸਵਾਦ ਆਉਂਦਾ ਘੁੰਮਦਾ ਵੀ ਦੇਖ ਨਜ਼ਾਰਾ ਆਉਂਦਾ ਦੇਖਣ ਨੂੰ ਥੈਂਕ ਯੂ ਭਾਜੀ ਥੈਂਕ ਯੂ ਕਲਾਸਿਕ ਲੁੱਕ 'ਚ ਆ ਗਿਆ ਜੀ ਇਹ ਸਾਡੇ ਭਾਈ ਸਾਹਿਬ ਨੇ ਜੀ ਬੌਕਸਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡਾ ਸੈਂਡੀ ਹੈ ਜੀ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਹੋਰਾਂ ਦਾ ਵੀ ਕਹਿੰਦੇ ਪੂਰਾ ਸਹਿਯੋਗ ਰਿਹਾ ਘਰ ਦੇ ਵਿੱਚ ਸਾਰਿਆਂ ਦਾ ਹੀ ਰਿਹਾ ਜੀ ਇਹ ਪਾਊਡਰ ਰੂਮ ਆ ਗਿਆ ਨਾਲ ਬਾਈ ਪਾਊਡਰ ਰੂਮ ਆ ਗਿਆ ਬਾਈ ਜੀ ਬਾਈ ਇਹ ਬੜੀ ਟਾਇਲ ਸਿਲੈਕਟ ਕੀਤੀ ਆ
ਟਾਈਲਾਂ ਲੱਭ ਲੱਭ ਕੇ ਲਾਈਆਂ ਭਾਜੀ ਸਾਰੀਆਂ। ਠੀਕ ਹੈ ਜੀ, ਤੁਹਾਨੂੰ ਦੱਸਿਆ ਇੱਕ ਇੱਕ ਚੀਜ਼ ਨੂੰ ਵਾਰ ਵਾਰ ਜਾ ਕੇ ਲੱਭੀਆਂ ਗਈਆਂ। ਇਹ ਨਹੀਂ ਹੈਗਾ ਇੱਕ ਆਪਾਂ ਫੋਨ ਕਰਤਾ ਜਾਂ ਚੀਜ਼ ਪਸੰਦ ਕਰਿਆ, ਇਹ ਇੱਕ ਜਗ੍ਹਾ ਤੋਂ ਨਹੀਂ, ਕਈ ਜਗ੍ਹਾ ਤੋਂ ਪਸੰਦ ਕਰ ਕਰਕੇ ਲਿਆਂਦੀਆਂ। ਠੀਕ ਹੈ ਜੀ, ਹਾਂਜੀ, ਇਧਰ ਸਟੇਅਰ ਦੇ ਨੀਚੇ ਆ ਗਿਆ, ਪ੍ਰੈਸ ਟੇਬਲ ਆ ਗਿਆ, ਪ੍ਰੈਸ ਟੇਬਲ ਆ ਗਿਆ। ਠੀਕ ਹੈ, ਕੱਲ ਨੂੰ ਤੁਸੀਂ ਬੱਚਿਆਂ ਦਾ ਸਟੱਡੀ ਟੇਬਲ ਵੀ ਇਹਨੂੰ ਆਪਾਂ ਮੰਨ ਸਕਦੇ ਹਾਂ, ਨਾਲ ਜਿਵੇਂ ਵਿੰਡੋ ਆ ਗਈ ਜੀ, ਚੇਅਰ ਲੱਗ ਕੇ। ਠੀਕ ਹੈ ਜੀ, ਹਾਂਜੀ, ਤੇ ਲੈ ਵੀ ਮਿੱਤਰਾ ਇੱਧਰ ਦਿਖਾ ਦੇ, ਹੁਣ ਡਾਈਨਿੰਗ ਆ ਗਿਆ ਜੀ, ਇਹ ਡਾਈਨਿੰਗ ਏਰੀਆ ਆ ਗਿਆ। ਇੱਧਰ ਦੇਖੋ ਤੁਸੀਂ, ਥੋੜਾ ਦੂਰੋਂ ਦਿਖਾ ਦੇਣਾ ਚੀਜ਼ ਦਾ ਸਵਾਦ। ਇਹ ਕਰੋਕਰੀ, ਉਧਰ ਕਰੋਕਰੀ ਵਾਲੀ ਅਲਮੀਰਾ ਆ ਗਈ ਜੀ, ਕਰੋਕਰੀ ਵਾਲੀ ਅਲਮੀਰਾ ਆ ਗਈ। ਨਹੀਂ, ਕਿਚਨ ਦੇ ਨਾਲ ਹੀ ਲੋਕ ਅਟੈਚ ਕਰਦੇ ਆ ਪਰ ਡਾਈਨਿੰਗ ਦੇ ਕੋਲੇ, ਪਰ ਯੂਜ਼ ਇੱਥੇ ਹੀ ਹੋਣੇ ਆ ਭਾਂਡੇ, ਯੂਜ਼ ਇੱਥੇ ਹੀ ਹੋਣੇ ਆ ਭਾਜੀ। ਠੀਕ ਆ ਬਾਈ, ਬਾਈ ਹੋਰ ਕੀ ਵੱਖਰਾ ਕੀਤਾ ਇੱਥੇ ਆਪਾਂ? ਹੋਰ ਭਾਜੀ ਆ ਦੇਖੋ, ਜਿਵੇਂ ਉਰੇ ਨਾਲ ਵਾਸ਼ਵੇਸ਼ਨ ਆ ਗਿਆ। ਠੀਕ ਹੈ, ਠੀਕ ਆ ਜੀ, ਮਤਲਬ ਕਿਚਨ ਦੀ ਵਰਤੋਂ 'ਚ ਵੀ ਆ ਗਿਆ, ਡਾਈਨਿੰਗ ਦੀ, ਕਿਚਨ ਦੀ ਵਰਤੋਂ 'ਚ ਵੀ ਆ ਗਿਆ ਭਾਜੀ, ਡਾਈਨਿੰਗ ਦੀ ਵਿੱਚ ਆ ਗਿਆ। ਇੱਕ ਚੀਜ਼ ਆ ਦੇਖੋ ਭਾਜੀ, ਜਿਵੇਂ ਹੁਣ ਆਪਾਂ ਜ਼ਿਆਦਾ ਲਾਈਟ ਉਹ ਕਰਦੇ ਆ, ਜਿਵੇਂ ਛੋਟਾ ਕੰਮ ਕਰਨਾ ਸਵੇਰੇ, ਛੋਟੀ ਲਾਈਟ ਜਾਗੀ ਨੀਚੇ, ਆ ਦੇਖੋ ਲਾਈਟਿੰਗ ਆ ਕਰਵਾਈ ਉੱਪਰ, ਜਿਵੇਂ ਲਾਈਟਿੰਗ ਛੋਟੀ ਲਾਈਟ। ਠੀਕ, ਜ਼ਿਆਦਾ ਵੱਡੀ ਲਾਈਟ ਹਰ ਟਾਈਮ ਯੂਜ਼ ਕਰਨ ਨਾਲੋਂ ਛੋਟੀ ਲਾਈਟ, ਜਿਵੇਂ ਹੁਣ ਆਹ ਦਿਖਾਓ, ਆਹ ਹੁਣ ਪੈਂਟਰੀ ਆ ਗਈ ਭਾਜੀ, ਇਹ ਪੈਂਟਰੀ ਜਦੋਂ ਓਪਨ ਹੋਊਗੀ ਭਾਜੀ ਲਾਈਟ ਜਾਊਗੀ। ਕੀ ਬਾਤ ਹੈ ਜੀ, ਤੁਹਾਨੂੰ ਲਾਈਟ ਜਗਾਉਣ ਦੀ ਲੋੜ ਨਹੀਂ ਹੈ। ਠੀਕ ਹੈ ਜੀ, ਸਾਰਾ ਸੈਂਸਰ ਬੇਸ ਕੰਮ ਕੀਤਾ ਹੋਇਆ, ਸਾਰਾ ਸੈਂਸਰ ਬੇਸ ਕੰਮ ਹੈ ਜੀ। ਕੀ ਬਾਤ ਹੈ ਜੀ, ਆਹ ਦੇਖੋ, ਆਹ ਖੁੱਲ ਗਿਆ, ਕਾ ਲੋ ਮਤਲਬ ਸਾਰਾ ਮਾਡੂਲਰ ਦਾ ਕਿਚਨ ਦਾ, ਸਾਰਾ ਮਾਡਰਨ ਕਿਚਨ। ਤੇ ਇੱਕ ਕਈ ਮਿੱਤਰ ਮੈਨੂੰ ਪੁੱਛਦੇ ਹੁੰਦੇ ਵੀ ਯਾਰ ਕਲਰ ਵੀ ਕਿਹੜਾ ਉਹ ਕਰੀਏ, ਬਈ ਇਹਦੇ ਸਕਰੀਨਸ਼ਾਟ ਲੈ ਲਓ। ਇਹ ਕਲਰ ਬਹੁਤ ਜ਼ਿਆਦਾ ਅੱਜ ਕੱਲ੍ਹ ਕਿਚਨ ਦੇ ਵਿੱਚ ਚੱਲ ਰਿਹਾ ਹੈਗਾ, ਸਾਫ ਸੁਥਰਾ ਵੀ ਹੈ ਤੇ ਸੋਹਣਾ ਵੀ ਲੱਗਦਾ। ਇਹ ਭਾਜੀ ਨਾਲੇ ਇਹਦੇ ਨਾਲ ਲਾਈਟ ਵੀ ਲੱਗਦੀ ਹੈ ਰਸੋਈ ਦੇ ਵਿੱਚ, ਉਹ ਖੁੱਲੀ ਵੀ ਲੱਗਦੀ, ਖੁੱਲੀ ਵੀ ਲੱਗਦੀ ਹੈ, ਇੱਕ ਹਨੇਰਾ ਹਨੇਰਾ ਜਿਹਾ ਨਹੀਂ ਲੱਗਦਾ। ਬਿਲਕੁਲ ਜੀ, ਕਿਚਨ ਦੇ ਵਿੱਚ ਖੁੱਲੀ ਲੱਗਦੀ, ਛੱਤ ਤੇ ਬਈ ਸਾਰੇ ਕੀਤੀ ਆਪਾਂ, ਡਿਜ਼ਾਈਨ ਬਹੁਤ ਸੋਹਣੇ ਹਨ ਕੀਤੇ, ਕਿਤੇ ਡਾਊਨ ਸੀਲਿੰਗ ਹੈ ਜੀ। ਤੇ ਇੱਧਰ ਬਈ ਇਹ ਵਾਸ਼ਿੰਗ ਏਰੀਆ ਆ ਗਿਆ ਜੀ ਕਿਚਨ ਦਾ। ਠੀਕ ਹੈ ਜੀ, ਹਾਂਜੀ, ਲਓ ਵੀ ਮਿੱਤਰੋ ਸਫਾਈ ਵੀ ਪੂਰੀ ਆ, ਤੇ ਦੂਜੀ ਗੱਲ ਇੱਕ ਖਾਸ ਚੀਜ਼ ਹੁੰਦੀ ਹੈ, ਇਧਰੋਂ ਐਂ ਦਿਖਾ ਦੇ ਬਈ, ਬੈਕ ਸਾਈਡ ਤੇ ਬਾਈ ਹੋਰ ਇਹਨੇ ਸਪੇਸ ਰੱਖੀ ਆ ਬੈਕ ਆਰਡ ਤੇ, ਤੇ ਦੂਜੀ ਗੱਲ ਕੀ ਆ ਬਈ, ਇੱਧਰ ਧੁੱਪ ਪੈਂਦੀ ਆ, ਜਿਵੇਂ ਧੁੱਪ ਪੈਂਦੀ ਆ ਭਾਜੀ, ਇੱਕ ਆਪਣਾ ਕਾਰਨਰ ਕਰਕੇ ਕਾਰ ਪਾਰਕ ਹੁੰਦੀ ਆ ਪਿੱਛੇ ਇੱਕ। ਅੱਛਾ, ਜੇ ਕੋਈ ਕਾਰਨਰ ਪਲਾਟ ਹੈਗਾ ਉਹਤੇ ਆਪਾਂ ਦੋ ਜਗ੍ਹਾ ਤੇ ਇਹ ਚੀਜ਼ ਦੀ ਆਪਸ਼ਨ ਰੱਖ ਸਕਦੇ ਆ। ਹਾਂਜੀ, ਉਰੇ ਵੀ ਤੁਸੀਂ ਵੱਡੀ ਗੱਡੀ ਤੱਕ ਖੜਾ ਸਕਦੇ ਹੋ, ਤੇ ਇੱਧਰੋਂ ਇੱਥੋਂ ਦੀ ਐਂਟਰੀ ਕਰਤੀ, ਇੱਥੋਂ ਵੀ ਐਂਟਰੀ ਕਰਤੀ ਭਾਜੀ, ਉਧਰੋਂ ਬੈਡਰੂਮ 'ਚ ਵੀ ਐਂਟਰੀ, ਬੈਡਰੂਮ 'ਚ ਵੀ ਐਂਟਰੀ। ਮਤਲਬ ਕੋਠੀ ਦੀ ਤਿੰਨ ਜਗ੍ਹਾ ਤੋਂ ਆਪਣੀ ਐਂਟਰੀ ਹੋ ਜੀ ਜੀ। ਆਹ ਦੇਖੋ ਜਿਵੇਂ ਨੀਚੇ ਲਾਈਟਿੰਗ ਆ ਗਈ ਹੈ ਸਾਰੀ। ਕੀ ਬਾਤ ਹੈ ਜੀ, ਤੇ ਬਈ ਇਸ ਤੋਂ ਬਾਅਦ ਚੱਲੀਏ ਵੀ ਰੂਮ ਦਿਖਾਈਏ ਜੀ ਇੱਕ। ਹਾਂਜੀ ਹਾਂਜੀ ਦੋਸਤੋ, ਵੀਡੀਓ ਸ਼ੇਅਰ ਵੀ ਕਰੀ ਚੱਲੋ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬਾਈ ਦਾ ਜਿਹੜਾ ਨਾ ਘਰ ਬਣਾਉਣ ਦਾ ਸਟਾਈਲ ਆ ਕਿਵੇਂ। ਭਾਜੀ ਨੀਚੇ ਬੈਡਰੂਮ ਆ ਗਿਆ ਜੀ, ਮਾਸਟਰ ਬੈਡਰੂਮ ਲਾ ਲਓ ਜੀ। ਕੀ ਬਾਤ ਹੈ ਜੀ, ਲਓ ਜੀ, ਕਿੰਨੇ ਬਾਈ ਕਿੰਨੇ ਦਾ ਬਾਈ ਬੈਡਰੂਮ ਹੈ? ਇਹ 14x12 ਦਾ ਜੀ। 14x12 ਦਾ, ਹਾਂਜੀ ਭਾਈ ਜੀ। ਲਓ ਜੀ, ਪੱਖੇ ਵੀ ਬੜੇ ਬਾਈ ਸਟਾਈਲ ਦੇ ਲਾਏ, ਹੈਵਲ ਦੇ ਆ ਕਿ ਕਿਹੜੀ ਕੰਪਨੀ ਨਹੀਂ ਭਾਜੀ, ਅਲੱਗ ਅਲੱਗ ਕੰਪਨੀਆਂ ਦੇ ਨੇ। ਠੀਕ ਹੈ ਜੀ, ਇਹ ਵੀ ਪੂਰੇ ਰੂਮ ਦੇ ਹਿਸਾਬ ਨਾਲ ਡੈਕੋਰ ਕਰਕੇ ਲੈ ਕੇ ਆਣਾ। ਹਾਂਜੀ, ਇੱਕ ਚੀਜ਼ ਆ ਦੇਖੋ ਭਾਜੀ, ਜਿਵੇਂ ਆਪਾਂ ਸਵੇਰੇ ਆਪਾਂ ਜਲਦੀ ਜਾਣਾ ਹੈ, ਜਿਵੇਂ ਹੁਣ ਤੁਸੀਂ ਵੀ ਕਹਿੰਦੇ ਹੋ ਅਸੀਂ 5 ਵਜੇ ਘਰੋਂ ਚੱਲ ਪੈਂਦੇ ਹਾਂ ਸ਼ੂਟ ਲਈ, ਤੇ ਜਿਵੇਂ ਬੱਚੇ ਸੁੱਤੇ ਪਏ ਆ ਕਮਰੇ 'ਚ, ਲਾਈਟ ਆਨ ਕਰਾਂਗੇ ਬੱਚੇ ਉੱਠ ਜਾਣਗੇ ਜੀ, ਫੈਮਿਲੀ ਉੱਠ ਜੂਗੀ। ਆਹ ਦੇਖੋ ਲਾਈਟ ਜਾਗੀ। ਠੀਕ ਹੈ ਜੀ, ਇਹ ਤੁਹਾਨੂੰ ਲਾਈਟ ਜਗਾਉਣ ਦੀ ਲੋੜ ਨਹੀਂ। ਠੀਕ ਹੈ ਜੀ, ਇਹ ਜਦੋਂ ਅਲਮੀਰਾ ਖੋਲਾਂਗੇ ਨਾਲ ਦੀ ਨਾਲ ਆਪਣੀ ਸੈਂਸਰ ਸਿਸਟਮ। ਹਾਂਜੀ ਭਾਜੀ, ਠੀਕ ਹੈ ਜੀ, ਇਹ ਬੰਦ ਹੋ ਜੀ। ਤੇ ਇੱਧਰ ਬਈ ਵਾਲਪੇਪਰ ਦਾ ਕੰਮ ਹੋਇਆ ਸਾਰਾ, ਵਾਲਪੇਪਰ ਦਾ ਹੋਇਆ ਜੀ। ਆਹ ਵਾਸ਼ਰੂਮ ਚੈੱਕ ਕਰੋ ਜੀ। ਠੀਕ ਹੈ ਜੀ, ਇਧਰੋਂ ਵਾਸ਼ਰੂਮ ਵੀ ਦਿਖਾ ਬਈ, ਟਾਈਲ ਦੇਖੋ। ਕੀ ਬਾਤ ਹੈ ਜੀ, ਤੇ ਪੂਰੀ ਖੁੱਲੇ ਡੁੱਲੇ ਜੇ ਕਹਿ ਦਈਏ ਪ੍ਰੋਪਰ ਸਪੇਸ ਨਾਲ। ਤੇ ਬਈ ਰੰਗ ਦੀ ਬਹੁਤ ਵਧੀਆ ਆਪਸ਼ਨ ਤੁਸੀਂ ਚੂਜ਼ ਕੀਤੀ ਆ, ਵੀ ਘਰ ਨਾਲ ਸਾਰੇ ਪਾਸੇ ਖੁੱਲਾ ਡੁੱਲਾ ਲੱਗਦਾ ਹੈਗਾ। ਹਾਂਜੀ, ਤੇ ਬਈ ਫਰਨੀਚਰ ਦੀ ਗੱਲ ਕਰੀਏ ਜੇ ਕਹਿ ਦਈਏ ਕਾਰਵਿੰਗ ਵਾਲੇ, ਇਹ ਭਾਜੀ ਪਟਿਆਲੇ ਤੋਂ ਤਿਆਰ ਕਰਵਾਇਆ ਜੀ, ਤਿਆਰ ਕਰਵਾਇਆ। ਹਾਂਜੀ, ਇਹ ਬੈਡਰੂਮ ਦਾ ਬੈੱਡ ਤੇ ਆ ਚੇਅਰ ਪਟਿਆਲੇ ਤੋਂ ਤਿਆਰ ਕਰਾਈ। ਠੀਕ ਹੈ ਜੀ, ਹਾਂਜੀ, ਬਹੁਤ ਪਿਆਰੀ ਆ। ਟੇਬਲ ਦੇ ਵਿੱਚ ਤੁਸੀਂ ਓਨੈਕਸ ਮਾਰਕ, ਹਾਂਜੀ, ਇਹਦਾ ਭਾਜੀ ਇਹ ਬੈਨੀਫਿਟ ਹੋ ਗਿਆ, ਜਿਵੇਂ ਹੁਣ ਗਲਾਸ ਗਲੂਸ ਰੱਖਦੇ ਗਿਰ ਜਾਂਦਾ ਕਈ ਵਾਰੀ, ਉਹਨੂੰ ਕਿਹਾ ਵਿੱਚ ਫਿੱਟ ਹੋ ਗਿਆ। ਹਾਂ, ਕੋਈ ਫੁੱਟਦਾ ਨਹੀਂ, ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਚੱਲੀਏ ਬਾਈ ਜੀ ਫਿਰ ਫਸਟ ਫਲੋਰ ਤੇ। ਹਾਂਜੀ ਭਾਜੀ, ਲਓ ਵੀ ਦੋਸਤੋ ਆ ਪੌੜੀਆਂ ਤੇ ਭਾਜੀ ਗਲਾਸ, ਆ ਦੇਖੋ ਇਹਦੇ ਵਿੱਚ ਪੌੜੀ ਦੇਖੋ ਬਾਈ ਜੀ, ਪੌੜੀ ਦੇ ਵਿੱਚ ਲਾਈਟ ਆ ਗਈ।
ਕਿਆ ਬਾਤ ਹੈ ਜੀ, ਇਹ ਕਟਿੰਗ ਕਰਾ ਕੇ ਇਹਦੇ ਵਿੱਚ ਲਾਈਟਿੰਗ ਆ ਗਈ? ਹਾਂਜੀ, ਇਹਦੇ ਵਿੱਚ ਲਾਈਟਿੰਗ। ਹੁਣ ਜ਼ਿਆਦਾਤਰ ਬਈ ਨਾ ਲੋਕਾਂ ਨੇ ਇੱਥੇ ਪਵਾਈ ਹੁੰਦੀ ਹੈ ਜੀ। ਹਾਂਜੀ ਹਾਂਜੀ, ਪਰ ਉਹ ਆਪਸ਼ਨ ਨੂੰ ਵੀ ਇੱਕ ਨਵੀਂ ਆਪਸ਼ਨ ਦੇਤੀ, ਸਾਰੀ ਤੇ ਆਪਣੀ ਲਾਈਟ ਪੈਣੀ ਹੈ ਜੇ ਹਨੇਰੇ 'ਚ ਤੁਰਨਾ, ਹੈ ਨਾ? ਹਨੇਰੇ ਤੁਰਨਾ ਭਾਜੀ, ਇਹਦਾ ਐਵੇਂ ਹੈ ਨਾ ਜਿਵੇਂ ਪੋਚਾ ਲਾ ਰਹੇ ਆ ਕੰਮ ਵਾਲੀ, ਉਹਨੇ ਖਰਾਬ ਕਰ ਦੇਣੀ ਹੈ। ਠੀਕ ਹੈ ਜੀ, ਹੱਥ ਉੱਤੇ ਲੱਗ ਗਿਆ ਉਹ ਨਿਕਲ ਜਾਂਦੀ ਹੈ ਇਹ। ਬਿਲਕੁਲ ਹੈ ਤਾਂ ਉਹ ਜੀ, ਇਹ ਤੇ ਸਹੀ ਗੱਲ ਆ ਵੀ ਹੱਥ ਹੀ ਨਹੀਂ ਪੈਂਦਾ, ਹੈ ਨਾ? ਪਰਿਵਾਰ ਤੇ ਹੱਥ ਹੀ ਨਹੀਂ ਪੈਂਦਾ ਜੀ, ਕਿਸੇ ਦਾ ਵੀ ਨਹੀਂ ਪੈਂਦਾ ਜੀ। ਠੀਕ ਹੈ ਜੀ, ਤੇ ਇਧਰੋਂ ਬਈ ਵੈਂਟੀਲੇਸ਼ਨ ਦਾ ਵੀ ਪੂਰਾ ਪ੍ਰਬੰਧ ਹੈ? ਵੈਂਟੀਲੇਸ਼ਨ ਦਾ ਪੂਰਾ ਛੱਡਿਆ ਹੋਇਆ ਜੀ। ਠੀਕ ਹੈ ਜੀ, ਹਲੋ ਜੀ, ਲੋ ਬਾਹਰ ਨੂੰ ਸਿੱਧਾ ਸੜਕ ਸਾਰੀ ਦਿੰਦੀ ਆ ਲੋ, ਤੇ ਪੂਰੀ ਰੋਸ਼ਨੀ ਸਾਰੇ ਘਰ ਦੇ ਵਿੱਚ ਦੇਖ ਲਓ ਦੋਸਤੋ, ਇੱਧਰ ਨੂੰ ਮੈਂ ਕਹਿੰਦਾ ਬਿਨਾਂ ਲਾਈਟ ਤੋਂ ਪੂਰੀ ਰੋਸ਼ਨੀ ਹੋ, ਲਾਈਟ ਜਲਾਉਣ ਦੀ ਲੋੜ ਹੀ ਨਹੀਂ। ਬਿਲਕੁਲ ਜੀ ਬਾਈ ਜੀ, ਆਹ ਬੈਡਰੂਮ ਆ ਗਿਆ, ਮਾਸਟਰ ਬੈਡਰੂਮ ਵੱਡਾ ਜੀ। ਠੀਕ ਹੈ ਜੀ, ਇਹ ਬੈਡਰੂਮ ਇਹੀ ਤਿਆਰ ਕਰਾਇਆ? ਠੀਕ ਹੈ ਜੀ। ਹਾਂਜੀ, ਇਹਦੀ ਬੈਕ ਸਾਈਡ ਵੀ ਬਹੁਤ ਸੋਹਣਾ ਹੈ ਨਾ ਕੰਮ ਹੋਇਆ? ਹਾਂਜੀ ਬਾਈ ਜੀ, ਛੱਤ ਤੇ ਵੀ ਬਹੁਤ ਸੋਹਣਾ ਕੰਮ ਹੋਇਆਗਾ, ਡਾਊਨ ਸੀਲਿੰਗ ਜੀ, ਤੇ ਬਹੁਤ ਸੋਹਣੀ ਮੈਚਿੰਗ, ਮਤਲਬ ਬੱਚਿਆਂ ਦਾ ਰੂਮ ਲੱਗਦਾ ਹੈ ਨਾ ਖਿਡੌਣੇ ਪੈਣੇ। ਹਾਂਜੀ ਜੀ, ਤੇ ਆਪਣਾ ਇਹ ਭਾਜੀ ਆਪਣਾ ਡਰੈਸਿੰਗ ਆ ਗਿਆ ਜੀ, ਜੀ ਸੇਮ ਕਨਸੈਪਟ ਉਹ ਆ ਗਿਆ, ਡੋਰ ਖੋਲੋ ਤੁਸੀਂ। ਠੀਕ ਹੈ ਜੀ, ਡਰੈਸਿੰਗ ਦਾ ਅੰਦਰ ਲਾਈਟ। ਠੀਕ ਹੈ ਬਾਈ ਜੀ, ਸੈਂਸਰ ਸਿਸਟਮ ਆ ਗਿਆ, ਆਹ ਵਾਸ਼ਰੂਮ ਆ ਗਿਆ ਜੀ ਜੀ, ਤੇ ਫਸਟ ਫਲੋਰ ਤੇ ਬਾਈ ਜੀ ਗੱਲ ਕਰੀਏ, ਇੱਕ ਰੂਮ ਤਾਂ ਇਹ ਆ ਗਿਆ ਜੀ, ਇਸ ਤੋਂ ਇਲਾਵਾ ਕਿੰਨੇ ਰੂਮ ਆ ਗਏ ਬਾਈ ਜੀ? ਇਸ ਤੋਂ ਇਲਾਵਾ ਇੱਕ ਬੈਡਰੂਮ ਹੋਰ ਹੈ ਜੀ ਉੱਪਰ, ਆਹ ਬੱਚਿਆਂ ਦਾ ਬੈਡਰੂਮ ਆ ਗਿਆ ਜੀ। ਠੀਕ ਹੈ ਜੀ, ਆਹ ਬੇਬੀ ਜੀ ਬੱਚੇ ਦਾ ਬੈਡਰੂਮ ਆ ਗਿਆ ਜੀ, ਨਾਲ ਵਾਸ਼ਰੂਮ ਆ ਗਿਆ ਉੱਧਰ। ਠੀਕ ਹੈ ਜੀ, ਇਹਦੇ ਨਾਲ ਵੀ ਅਟੈਚ ਵਾਸ਼ਰੂਮ ਆ ਗਿਆ? ਹਾਂਜੀ, ਸੇਮ ਨੀਚੇ ਵਾਲਾ ਉਹ ਆ ਗਿਆ। ਠੀਕ ਹੈ ਜੀ, ਬਾਬਾ ਜੀ ਦਾ ਕਮਰਾ ਜੀ, ਸਵੇਰੇ ਪਾਠ ਕਰਨ ਲਈ, ਪੂਜਾ ਕਰਨ ਲਈ ਜੀ, ਮੰਦਿਰ ਨਾਲ ਬਾਬਾ ਜੀ ਦਾ ਕਮਰਾ ਜੀ ਨੂੰ, ਮਤਲਬ ਕਹਿ ਦਈਏ ਪਾਠ ਰੂਮ ਆ ਗਿਆ, ਪਾਠ ਰੂਮ ਆ ਗਿਆ ਜੀ, ਪੂਜਾ ਰੂਮ ਆ ਗਿਆ, ਸੋਹਣੇ ਤਰੀਕੇ ਨਾਲ ਇਹ ਵੀ ਤਿਆਰ ਕੀਤਾ, ਪੂਜਾ ਰੂਮ ਆ ਗਿਆ ਜੀ ਜੀ। ਹਾਂਜੀ, ਤੇ ਇਹ ਭਾਜੀ ਬਾਹਰ ਇੱਕ ਅਲਮੀਰਾ ਤਿਆਰ ਕੀਤੀ ਹੈ। ਠੀਕ ਹੈ ਜੀ, ਜਿਵੇਂ ਕੋਟ ਆਪਣੇ ਸਰਦੀਆਂ ਦੇ ਕੋਟ ਹੋ ਗਏ ਜੀ, ਜੈਕਟਸ ਹੋ ਗਈਆਂ, ਆਪਾਂ ਉਹ ਹੀ ਪਾਈਆਂ, ਉਹ ਹੀ ਟੰਗ ਪਈਆਂ ਆ ਕੇ। ਠੀਕ ਹੈ, ਜਿਹੜਾ ਆਪਣੇ ਸ਼ੁਰੂ ਤੋਂ ਚੱਲਦਾ ਆਉਂਦਾ ਲੇਡੀਜ਼ ਦਾ, ਸਰਦੀਆਂ ਦੇ ਰੱਖਤੇ, ਗਰਮੀਆਂ ਦੇ ਕੱਢਤੇ, ਉਹ ਚੀਜ਼ ਉਹ ਸਿੱਧਾ ਉੱਪਣੀ ਆਪਾਂ ਰੱਖਤੇ, ਉਰੋ ਹੀ ਪਾਇਆ ਜੀ, ਉਰੋ ਹੀ ਕੱਢ ਕੇ ਆ ਕੇ ਰੱਖਤਾ। ਠੀਕ ਹੈ ਬਾਈ ਜੀ, ਤੇ ਬਾਈ ਜੇ ਗੱਲ ਕਰੀਏ ਟੋਟਲ 200 ਆਪਣਾ ਗਜ ਹੈਗਾ, ਤੇ ਆਪਣਾ ਕਿੰਨਾ ਕੁ ਜੇ ਕਹਿ ਦਈਏ ਖਰਚਾ ਆਇਆ ਇਹ ਤੇ? ਭਾਜੀ 3,3200 ਸਕੁਅਰ ਫੁੱਟ ਆ ਜਾਂਦਾ ਜੀ। ਠੀਕ ਹੈ, ਹਾਂਜੀ, ਬਾਕੀ ਹੋਰ ਕੰਮ ਤੇ ਹੈ, ਕਿਉਂਕਿ ਤੁਹਾਨੂੰ ਪਤਾ ਕੰਮ ਦਾ ਤਾਂ ਐਂਡ ਹੀ ਨਹੀਂ ਹੈਗਾ। ਠੀਕ ਹੈ ਜੀ, ਹੁਣ ਆਪਾਂ ਜਿਵੇਂ ਸਾਗਵਾਨ ਦੀ ਲੱਕੜ ਲੱਗੀ ਹੈ ਜੀ, ਪੋਲਿਸ਼ ਹੋਈ ਹੈ ਜੀ, ਉਸ ਚੀਜ਼ ਨਾਲ ਜੇ ਅੱਜ ਦੇ ਟਾਈਮ 'ਚ ਇੰਨਾ ਕੁ ਰੇਟ ਆ ਜਾਂਦਾ ਜੀ ਜੀ। ਉੱਪਰ ਬਾਈ ਛੱਤ 'ਤੇ ਕੀ ਰਹਿ ਗਿਆ? ਉੱਪਰ ਭਾਜੀ ਜਿੰਮ ਹੈ ਜੀ। ਅੱਛਾ, ਇਸ ਤੋਂ ਉੱਪਰ ਜਿੰਮ ਵੀ ਹੈਗੀ ਹੈ ਜੀ? ਹਾਂਜੀ ਬਾਈ ਜੀ, ਅਤੇ ਇੱਥੋਂ ਦੇਖ ਲਓ ਦੋਸਤੋ, ਇਹ ਬਾਈ ਨੇ ਰੱਖੀ ਸੀ ਗੱਡੀ ਵਾਸਤੇ ਆਪਸ਼ਨ, ਅਤੇ ਇਹ ਪੌੜੀ ਜੀ ਮੈਂ ਬਹੁਤ ਜ਼ਿਆਦਾ ਇੱਕ ਤਰਜੀਹ ਦੇ ਕਹਿਣਾ ਨਾ ਬਣਵਾਓ, ਕਿਉਂਕਿ ਬਾਹਰ ਦੀ ਆ ਜਾਂਦੀ ਆ ਅਤੇ ਰੇਟ ਵੀ ਉਹਦੇ ਨਾਲ ਘੱਟ ਪੈਂਦਾ ਹੈਗਾ, ਇੱਕ ਕੱਲ੍ਹ ਨੂੰ ਜਦੋਂ ਚੇਂਜ ਕਰਨੀ ਹੈ ਕਦੋਂ ਵੀ ਆਪਾਂ ਕਰ ਸਕਦੇ ਇਹਨੂੰ। ਹਾਂਜੀ, ਆਪਾਂ ਜਿਵੇਂ ਮਰਜ਼ੀ, ਨਾਲੇ ਭਾਅ ਜੀ ਗੋਲ ਪੌੜੀ 'ਤੇ ਨਾ ਚੜਿਆ ਨਹੀਂ ਜਾਂਦਾ ਹੈਗਾ ਜੀ, ਗੋਲ ਪੌੜੀ 'ਤੇ ਆਪਾਂ ਨੂੰ ਵੀ ਚੱਕਰਾਂ ਲੱਗ ਜਾਂਦੇ ਆ, ਲੇਡੀਜ਼ ਬੱਚੇ ਬਜ਼ੁਰਗ ਚੜ੍ਹ ਨਹੀਂ ਸਕਦੇ ਜੀ ਜੀ। ਹਾਂਜੀ ਹਾਂਜੀ ਬਾਈ, ਇਹ ਓਪਨ ਆ ਗਿਆ, ਓਪਨ ਏਰੀਆ, ਸ਼ਹਿਰਾਂ 'ਚ ਇਹ ਡਿਮਾਂਡ ਹੁੰਦੀ ਆ। ਹਾਂਜੀ, ਠੰਡਾਂ 'ਚ ਪਰਿਵਾਰ ਨਾਲ ਬੈਠਾ ਹੋਵੇ। ਜਿੰਮ ਆ ਗਿਆ ਜੀ, ਜਿੰਮ ਰੂਮ। ਠੀਕ ਹੈ ਜੀ, ਇਹ ਵੀ ਬਹੁਤ ਖਾਸ ਆ, ਮਤਲਬ ਸਿਹਤ ਜ਼ਰੂਰੀ ਆ, ਸਿਹਤ ਜ਼ਰੂਰੀ ਹੈ ਜੀ। ਹਾਂਜੀ, ਅਤੇ ਇਹ ਬਾਈ ਸਾਰਾ ਜਿੰਮ ਵਾਲਾ ਸਾਰਾ, ਇਹ ਵੀ ਤੁਸੀਂ ਆਪਦੇ ਹਿਸਾਬ ਨਾਲ ਹੀ? ਹਾਂਜੀ, ਆਪਣੇ ਹਿਸਾਬ ਨਾਲ ਹੀ। ਗੁਰੀ ਭਾਜੀ, ਅੱਜ ਕੱਲ੍ਹ ਸਾਰਿਆਂ ਕੋਲ ਤੁਹਾਨੂੰ ਪਤਾ ਟਾਈਮ ਤਾਂ ਹੈ ਨਹੀਂ, ਠੀਕ ਹੈ, ਵਰਕਿੰਗ ਨੇ, ਹਸਬੈਂਡ ਵਾਈਫ ਵਰਕਿੰਗ ਨੇ, ਬਾਹਰ ਜਾ ਕੇ ਜਿੰਮ ਲਾਉਣਾ ਮੁਸ਼ਕਲ ਹੋ ਜਾਂਦਾ, ਫਿਰ ਬੰਦਾ ਘਰੇ ਹੀ ਜਿੰਮ ਲਾ ਲੈਂਦਾ ਆਪਣਾ, ਸਵੇਰੇ ਉੱਠੇ ਹਸਬੈਂਡ ਵਾਈਫ ਬੱਚੇ ਜਿਹਨੇ ਵੀ ਵਰਕਆਊਟ ਕਰਨਾ ਜੀ, ਜਿਹਦੇ ਕੋਲ ਟਾਈਮ ਸਵੇਰੇ ਆ ਸਵੇਰੇ ਕਰ ਲਿਆ, ਸ਼ਾਮੀ ਆ ਸ਼ਾਮੀ, ਨਹੀਂ ਬਾਹਰ ਆਪਾਂ ਜਿੰਮ ਜਾਂਦੇ ਉਹਦੀ ਟਾਈਮਿੰਗ ਬਿਲਕੁਲ ਓਨਾ ਟਾਈਮ ਜਿੱਥੇ ਜਾਣ 'ਤੇ ਲਾ ਦੋ, ਉਦੋਂ ਜ਼ਿਆਦਾ ਇੱਥੇ ਆਪਾਂ ਮਿਹਨਤ ਕਰ, ਆਪਾਂ ਉਰੇ ਮਿਹਨਤ ਕਰ ਲੈਂਦੇ ਹਾਂ ਜੀ, ਜਿਹੜੇ ਮਰਜ਼ੀ ਟਾਈਮ ਬੰਦਾ ਵਿਦ ਫੈਮਿਲੀ ਵੀ ਕਰ ਸਕਦਾ। ਠੀਕ ਹੈ ਬਾਈ ਜੀ, ਹਾਂਜੀ, ਅਤੇ ਬਾਈ ਜਿਵੇਂ ਇਹ ਪ੍ਰੋਜੈਕਟ ਦੇਖਿਆ ਬਹੁਤ ਸੋਹਣਾ ਤੁਸੀਂ ਤਿਆਰ ਕਰਵਾਇਆ ਹੈਗਾ, ਹਾਂਜੀ ਬਾਈ, ਜੇ ਕਿਸੇ ਨੇ ਇਸ ਤਰੀਕੇ ਦਾ ਤਿਆਰ ਕਰਾਉਣਾ, ਆਪਾਂ ਪਹਿਲਾਂ ਤਾਂ ਏਰੀਏ ਕਿਹੜੇ 'ਚ ਤਿਆਰ ਕਰਦੇ? ਪਟਿਆਲੇ ਜੀ? ਭਾਅ ਜੀ ਪਟਿਆਲੇ, ਪਟਿਆਲੇ। ਠੀਕ ਹੈ ਜੀ, ਓਨਲੀ ਪਟਿਆਲੇ ਦੇ ਵਿੱਚ ਜੀ, ਅਤੇ
ਗੱਲ ਇਹ ਹੈ ਭਾਅ ਜੀ, 200 ਗੱਜ ਤੋਂ ਘੱਟ ਦਾ ਕੋਈ ਪ੍ਰੋਜੈਕਟ ਨਹੀਂ ਕਰਾਂਗੇ। ਠੀਕ ਹੈ ਬਾਈ ਜੀ। ਹਾਂਜੀ, ਅਤੇ ਕੀ ਮਤਲਬ ਵੀ ਜੇ ਨੋਰਮਲ 2500 3000 ਕਿੱਥੋਂ ਤੱਕ ਆਪਣੀ ਸਟਾਰਟਿੰਗ? 3000 ਤੋਂ ਸਟਾਰਟਿੰਗ ਹੈ ਭਾਅ ਜੀ। ਠੀਕ ਹੈ, ਜੇ ਐਵੇਂ ਦਾ ਕੰਮ ਕਰਾਉਣਾ। ਠੀਕ ਹੈ ਜੀ, ਵਧੀਆ ਸ਼ੌਂਕ ਵਾਲਾ, ਸ਼ੌਂਕ ਵਾਲਾ ਕੰਮ ਕਰਾਉਣਾ। ਨਹੀਂ ਐਂ ਤਾਂ ਭਾਅ ਜੀ 1500 ਵਾਲੇ ਵੀ ਬੈਠੇ ਨੇ, 2000 ਵਾਲੇ ਵੀ ਬੈਠੇ ਨੇ, ਤੁਹਾਨੂੰ ਪਤਾ ਤੁਸੀਂ ਤਾਂ ਵੀਡੀਓ ਕਰਦੇ ਹੀ ਰਹਿੰਦੇ ਹੋ। ਬਿਲਕੁਲ ਜੀ। ਪਰ ਜੇ ਆਪਾਂ ਸ਼ੌਂਕ ਵਾਲਾ ਕੰਮ ਐਵੇਂ ਦਾ ਕੰਮ ਕਰਨਾ ਤਾਂ ਭਾਅ ਜੀ ਘੱਟੋ ਘੱਟ 3000 ਪਲੱਸ ਹੈ ਜੀ। ਠੀਕ ਹੈ, ਬਾਕੀ ਭਾਅ ਜੀ ਰਿਕੁਆਇਰਮੈਂਟ 'ਤੇ ਕਿਵੇਂ ਦਾ ਆਪਾਂ ਕੰਮ ਕਰਾਉਣਾ? ਥੋੜ੍ਹਾ ਬਹੁਤਾ ਘੱਟ ਹੁੰਦਾ, ਥੋੜ੍ਹਾ ਬਹੁਤਾ ਚਲੋ ਵੱਧ ਹੁੰਦਾ, ਨਹੀਂ 3000 3200 ਔਨ ਦੀ ਸਪੋਟ, ਔਨ ਦੀ ਟੇਬਲ, ਮਤਲਬ ਔਨ ਦੀ ਟੇਬਲ ਹੋ ਜਾਂਦਾ ਹੁੰਦਾ। ਠੀਕ ਹੈ ਬਾਈ। ਬਾਈ ਟੀਮ ਵਗੈਰਾ ਆਪਣੇ ਕੋਲ ਪੂਰੀ ਸਾਰੀਆਂ ਟੀਮਾਂ ਹੈਗੀਆਂ ਭਾਅ ਜੀ? ਤੇ ਬਾਈ ਜਿਵੇਂ ਦਾ ਮੈਨੂੰ ਤੁਸੀਂ ਦੱਸ ਰਹੇ ਕਹਿੰਦੇ 11 ਮਹੀਨਿਆਂ 'ਚ ਇਹ ਚੀਜ਼ 11 ਮਹੀਨੇ ਦੇ ਵਿੱਚ ਤਿਆਰ ਹੋਇਆ ਜੀ। ਤਿਆਰ ਹੋ ਕੇ ਰਿਹਾਇਸ਼ ਵੀ ਕੀਤੀ? ਰਿਹਾਇਸ਼ ਹੋ ਗਈ ਜੀ। ਕੀ ਬਾਤ ਹੈ ਜੀ। ਸਭ ਤੋਂ ਵੱਡੀ ਗੱਲ ਹੈ ਵੀ ਬਾਈ ਹੋਰਾਂ ਦਾ ਕੰਮ ਦੱਸੋ ਕਿਵੇਂ ਲੱਗਿਆ। ਜੇ ਕਹਿ ਦਈਏ ਨਾ ਅਰਬਨ ਸਟੇਟ 'ਚ ਮੈਂ ਜਿੱਥੋਂ ਦੀ ਆ ਰਿਹਾ ਸੀਗਾ ਵੀ ਸਾਰੀਆਂ ਕੋਠੀਆਂ 'ਚ ਮੈਨੂੰ ਪਹਿਲਾਂ ਪਤਾ ਲੱਗ ਗਿਆ ਮੈਂ ਆਹ ਕੋਠੀ ਹੋਊ ਬਾਈ ਹੋਰਾਂ ਦੀ ਟੇਸਟ ਦੀ, ਉਹਦਾ ਕਾਰਨ ਕੀ ਆ? ਬਾਕੀ ਵੱਖਰੀ ਬਣਾਈ ਹੋਈ ਹੈ ਬਾਈ। ਹਾਂਜੀ ਹਾਂਜੀ, ਬਹੁਤ ਸੋਹਣਾ ਕੰਮ ਕੀਤਾ ਹੈਗਾ। ਥੈਂਕ ਯੂ ਬਾਈ। ਤੇ ਬਾਈ ਹੋਰਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇਵਾਂਗੇ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਐਰੀ ਆ, ਕਿਸੇ ਵੀ ਤਰ੍ਹਾਂ ਤੁਸੀਂ ਕੰਮ ਕਰਾਉਣਾ, ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ, ਖਾਸ ਕਰਕੇ ਪਟਿਆਲੇ ਵਾਲੇ ਜਾਂ ਪਟਿਆਲੇ ਦੇ ਨੀਅਰ ਅਬਾਊਟ। ਧੰਨਵਾਦ ਦੋਸਤੋ।